ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ। ਸੋਨੀਆ ਮਾਨ ਦੀ ਬੀਤੇ ਦਿਨ ਤੋਂ ਹੀ ਚਰਚਾ ਚੱਲ ਰਹੀ ਹੈ ਕਿ ਉਹ ਜਲਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ। ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਆਪ ਸ਼ਾਮਲ ਕਰਾਉਣਗੇ ਤੇ ਹੋ ਸਕਦਾ ਹੈ ਉਹ ਮੋਹਾਲੀ ਤੋਂ ਵੀ ਚੋਣਾਂ ਲੜ ਸਕਦੇ ਨੇ। ਪਰ ਇਹ ਚਰਚਾਵਾਂ ਤੋਂ ਪਹਿਲਾਂ ਹੀ ਕਿਸਾਨ ਜਿਹੜੇ ਨੇ ਉਹ ਸੋਨੀਆ ਮਾਨ ਤੋਂ ਖਫਾ ਹੋ ਗਏ ਨੇ। ਸੋਸ਼ਲ ਮੀਡੀਆ ਤੇ ਸੋਨੀਆ ਮਾਨ ਦੀ ਲਗਾਤਾਰ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ। ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀਆ ਮਾਨ ਲਗਾਤਾਰ ਪਹਿਲੇ ਦਿਨ ਤੋਂ ਜਦੋਂ ਤੱਕ ਕਿਸਾਨੀ ਅੰਦੋਲਨ ਚੱਲ ਰਿਹਾ ਉਦੋਂ ਤੋਂ ਹੀ ਉੱਥੇ ਆਪਣਾ ਸਾਥ ਦੇ ਰਹੀ ਹੈ, ਸਟੇਜਾਂ ਤੋਂ ਖੜ੍ਹ ਕੇ ਸਪੀਚ ਦੇ ਰਹੀ ਹੈ। ਹਰੇਕ ਕੋਈ ਵੀ ਐਕਟੀਵਿਟੀ ਕਿਸਾਨ ਅੰਦੋਲਨ ਦੀ ਹੁੰਦੀ ਹੈ ਤਾਂ ਉਸਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਪਰ ਹੁਣ ਬੀਤੇ ਦਿਨ ਤੋਂ ਜਦੋਂ ਦੀ ਚਰਚਾ ਚੱਲ ਰਹੀ ਹੈ ਕਿ ਸੋਨੀਆ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੀ ਹੈ, ਉਸ ਤੋਂ ਬਾਅਦ ਹੀ ਸੋਸ਼ਲ ਮੀਡੀਆ ਤੇ ਸੋਨੀਆ ਮਾਨ ਦੀ ਲਗਾਤਾਰ ਆਲੋਚਨਾ ਸ਼ੁਰੂ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸੋਨੀਆ ਮਾਨ ਨੇ ਸਿਆਸਤ ਦੇ ਵਿੱਚ ਹੀ ਜਾਣਾ ਸੀਗਾ ਜਾਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਸੀਗਾ ਤਾਂ ਕਿਸਾਨੀ ਅੰਦੋਲਨ ਦੀ ਸਟੇਜ ਨੂੰ ਕਿਉਂ ਉਹਨਾਂ ਨੇ ਫੜਿਆ, ਕਿਉਂ ਕਿਸਾਨਾਂ ਦੇ ਵਿੱਚ ਉੱਥੇ ਆਏ। ਉਹਨਾਂ ਨੇ ਸੋਨੀਆ ਮਾਨ 'ਤੇ ਇਹ ਵੀ ਦੋਸ਼ ਲਗਾ ਰਹੇ ਨੇ ਕਿਸਾਨ ਕਿ ਸੋਨੀਆ ਮਾਨ ਨੇ ਰਾਜਨੀਤੀ ਦੇ ਵਿੱਚ ਦਾਖਲ ਹੋਣ ਦੇ ਲਈ ਕਿਸਾਨਾਂ ਦੇ ਮੋਢਿਆਂ 'ਤੇ ਬੰਦੂਕ ਰੱਖੀ ਹੈ। ਤਾਂ ਇਸੇ ਕਰਕੇ ਸੋਨੀਆ ਮਾਨ ਦੀ ਆਲੋਚਨਾ ਜਿਹੜੀ ਹੈ ਉਹ ਪਹਿਲਾਂ ਤੋਂ ਹੀ, ਅਜੇ ਪਾਰਟੀ ਉਹਨਾਂ ਨੇ ਜੁਆਇਨ ਨਹੀਂ ਕੀਤੀ, ਉਸ ਤੋਂ ਪਹਿਲਾਂ ਹੀ ਉਹਨਾਂ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਤਾਂ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਮੋਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਉ ਅਤੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਾਲੜਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੀ ਸੋਨੀਆ ਮਾਨ 'ਤੇ ਕਿਸਾਨੀ ਸੰਘਰਸ਼ ਨੂੰ ਕਥਿਤ ਤੌਰ 'ਤੇ ਬਦਨਾਮ ਕਰਨ ਦੇ ਲਈ ਦੋਸ਼ ਲਗਾਏ ਨੇ। ਉਹਨਾਂ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਸ਼ੱਕ ਸੀਗਾ ਕਿ ਸੋਨੀਆ ਮਾਨ ਕਿਸਾਨੀ ਸੰਘਰਸ਼ ਦੀ ਆੜ ਦੇ ਹੇਠ ਰਾਜਨੀਤਿਕ ਵਿੱਚ ਦਾਖਲ ਹੋਣਾ ਚਾਹੁੰਦੀ ਹੈ। ਪਰ ਉਹਨਾਂ ਨੇ ਕਿਹਾ ਕਿ ਜੇਕਰ ਸੋਨੀਆ ਮਾਨ ਨੇ ਸਿਆਸੀ ਪਾਰਟੀ ਦੀ ਟਿਕਟ ਤੇ ਚੋਣ ਲੜਨੀ ਹੀ ਸੀ ਤਾਂ ਉਹ ਕਿਸਾਨੀ ਸੰਘਰਸ਼ ਦਾ ਹਿੱਸਾ ਕਿਉਂ ਬਣੀ। ਵੱਡੇ ਸਵਾਲ ਕਿਸਾਨ ਜਿਹੜੇ ਚੱਕ ਰਹੇ ਨੇ ਕਿ ਜੇ ਉਹਨਾਂ ਨੇ ਕਿਸਾਨੀ ਸੰਘਰਸ਼ ਦੀ ਆੜ ਦੇ ਵਿੱਚ ਰਾਜਨੀਤੀ ਦੇ ਵਿੱਚ ਹੀ ਦਾਖਲ ਹੋਣਾ ਸੀਗਾ ਤਾਂ ਉਹਨਾਂ ਨੇ ਕਿਸਾਨੀ ਅੰਦੋਲਨ ਦੀ ਸਟੇਜ ਕਿਉਂ ਚੁਣੀ, ਕਿਉਂ ਉਸ ਦੇ ਦੌਰਾਨ ਉਹਨਾਂ ਨੇ ਸਾਰਾ ਕੁਝ ਕੀਤਾ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਐਲਾਨ ਕੀਤਾ ਕਿ ਚੋਣਾਂ ਦੌਰਾਨ ਸੋਨੀਆ ਮਾਨ ਦਾ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾਏਗਾ। ਤਾਂ ਸੋਨੀਆ ਮਾਨ ਦੀਆਂ ਪਹਿਲਾਂ ਤੋਂ ਹੀ ਮੁਸ਼ਕਲਾਂ ਵੱਧ ਗਈਆਂ ਨੇ। ਸੋਨੀਆ ਮਾਨ ਦੇ ਖਿਲਾਫ ਕਿਸਾਨਾਂ ਨੇ ਐਲਾਨ ਕਰ ਦਿੱਤਾ, ਹਜੇ ਪਾਰਟੀ ਜੁਆਇਨ ਸੋਨੀਆ ਮਾਨ ਨੇ ਨਹੀਂ ਕੀਤੀ, ਪਰ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਜੇਕਰ ਉਹ ਚੋਣ ਲੜੇਗੀ ਅਕਾਲੀ ਦਲ ਦੇ ਵੱਲੋਂ ਤੇ ਜਿੱਥੇ ਵੀ ਪਿੰਡਾਂ ਦੇ ਵਿੱਚ ਜਾਏਗੀ ਉੱਥੇ ਉਸਦਾ ਵਿਰੋਧ ਕੀਤਾ ਜਾਏਗਾ। ਤਾਂ ਸੋਨੀਆ ਮਾਨ ਦੀ ਪਾਰਟੀ ਜੁਆਇਨਿੰਗ ਤੋਂ ਪਹਿਲਾਂ ਹੀ ਜਿਹੜੀਆਂ ਮੁਸ਼ਕਲਾਂ ਵੱਧ ਗਈਆਂ ਨੇ। ਤਾਂ ਵਧੇਰੇ ਅਪਡੇਟ ਸੀ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਨਮਜੀਤ ਸਿੰਘ, ਲੁਧਿਆਣਾ।